ਅੱਜ ਕਿੰਨੇ ਮਾਮਲੇ ਸਰ ਪੋਜ਼ਿਟਿਵ ਹੈਗੇ ਨੇ? ਅੱਜ ਸਾਡੇ ਕੋਲ ਪ੍ਰਾਈਵੇਟ ਲੈਬ ਤੋਂ ਰਿਪੋਰਟ ਦੇ ਮੁਤਾਬਕ 10 ਪੋਜ਼ਿਟਿਵ ਕੇਸ ਜਿਹੜੇ ਆ ਉਹਨਾਂ ਦੀ ਰਿਪੋਰਟ ਮਿਲੀ ਹੈ, ਜਿਹੜੇ ਕਿ ਪਿਛਲੇ ਦਿਨੀ ਪੋਜ਼ਿਟਿਵ ਨਿਕਲੇ ਕੇਸ ਦੇ ਹੀ ਕੰਟੈਕਟ ਵਿੱਚ ਸਨ। ਇਸ ਤਰ੍ਹਾਂ ਸਾਡੇ ਕੋਲ ਜਲੰਧਰ ਨਾਲ ਸੰਬੰਧਿਤ ਜਿਹੜੇ ਮਰੀਜ਼ ਆ ਉਹਨਾਂ ਦੀ ਗਿਣਤੀ 263 ਹੋ ਗਈ ਹੈ। ਅੱਜ ਮਿਲੇ ਮਰੀਜ਼ਾਂ ਵਿੱਚੋਂ ਵੀ 2 ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਦੇ, ਇਸ ਕਰਕੇ ਉਹ ਸਾਡੇ ਅਕਾਊਂਟ ਵਿੱਚ ਨਹੀਂ ਆ ਰਹੇ ਅਤੇ ਟੋਟਲ 263 ਪੇਸ਼ੈਂਟ ਅਸੀਂ ਫੋਲੋ ਕਰ ਰਹੇ। ਇਹ 'ਚ ਲੇਡੀਜ਼ ਅਤੇ ਜੈਂਟਸ ਕਿੰਨੇ ਕਿੰਨੇ ਹੈਗੇ ਨੇ? ਇਹਨਾਂ 'ਚੋਂ 4 ਫੀਮੇਲ ਹੈ ਔਰ 6 ਮੇਲ ਹੈ।